ਪੰਜਾਬ ਮਾਡਲ ਲਾਉਣ ਦੀ ਤਾਕਤ ਦਿੱਤੀ ਜਾਂ ਤੇ ਸਿੱਧੂ ਹੈ ਨਹੀਂ ਤੇ ਜਾਂ ਫਿਰ ਮਾਫੀਆ ਹੈ ਨਹੀਂ ਏ ਲਿਖ ਲਓ ਮੇਰੀ ਗੱਲ ਇਹ ਜਿਹੜੇ ਹਰ ਥਾਂ ਦੇ ਉੱਤੇ ਡਿਸਟਿਲਰੀਆਂ ਚਲਾਉਂਦੇ ਆ ਸ਼ਰਾਬਾਂ ਵੇਚਦੇ ਆ 200 ਦੀ ਸ਼ਰਾਬ 2000 ਚ ਵੇਚਦੇ ਆ ਇਹਨਾਂ ਦੀਆਂ ਜੇਬਾਂ ਪਾੜ ਕੇ ਇਹਨਾਂ ਦੇ ਸੀਨੇ ਪਾੜ ਕੇ ਇਹਨਾਂ ਦੇ ਕੱਪੜੇ ਪਾੜ ਕੇ 30000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਚ ਪਰੂ ਉਹ ਸਿੱਧੂ ਲੜਦਾ ਸੀ ਆ ਚਿੱਟਾ ਵੇਚਣ ਵਾਲਿਆਂ ਨਾਲ ਕੇਜਰੀਵਾਲ ਮਾਫੀ ਮੰਗਦਾ ਸੀ ਤਲਵੇ ਚੱਟਦਾ ਸੀ ਮੈਂ ਤੁਹਾਨੂੰ ਕਹਿੰਨਾ ਕਿ ਆਉਣ ਵਾਲੇ 5 ਸਾਲ ਦੇ ਵਿੱਚ ਜੜੀ ਟਰਾਲੀ ਰੇਤੇ ਦੀ ਅੱਜ 4.5 ਹਜ਼ਾਰ ਦੀ ਮਿਲਦੀ ਹੈ ਜੜੀ ਕਿਹੜੀ ਰੇਤੇ ਦੀ ਟਰਾਲੀ 3700 ਦੀ ਮਿਲਦੀ ਹੈ ਜੇ 1000 ਰੁਪਏ ਤੋਂ ਵੱਧ ਮਿਲ ਗਈ ਤੇ ਸਿੱਧੂ ਨੂੰ ਨੀਵੇਂ ਥਾਵੇਂ ਭਾਇਓ ਨੀਵੇਂ ਥਾਵੇਂ ਤੇ ਜੇ ਰਾਜੀਵ ਗਾਂਧੀ ਜੀ ਦੀ ਸੋਚ ਸੀ ਕਾਂਗਰਸ ਦੀ ਸੋਚ ਸੀ ਉਹ ਪੰਚਾਇਤੀ ਰਾਜ ਸਥਾਪਿਤ ਕਰਨ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਆਇਆ ਹੈ ਮੇਰਾ ਬਿੱਲ 3000 ਖੜਿਆ ਸੀ ਟੈਨਸ਼ਨ ਰਹਿੰਦੀ ਸੀ ਸਾਰੀ ਵਾਰ ਕਿ ਕਿਵੇਂ ਬਿੱਲ ਭਰੀਏ 35548 ਰੁਪਏ ਦਾ ਬਿੱਲ ਸੀਗਾ ਜੀ ਤੇੰਮ ਹਾਲ ਤੋ ਪਕਾਇਆ ਖੜਿਆ ਸੀ 70000 ਰੁਪਏ ਬਿਜਲੀ ਦਾ ਬਿੱਲ ਜਿਹਦੇ ਚ ਬਿੱਲ ਭਰਨ ਦੀ ਸਮਰੱਥਾ ਨਹੀਂ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਹੈ ਉਹਦੇ ਵਾਸਤੇ ਮੈਂ ਤੇ ਬਿੱਲ ਸਾਨੂੰ 77000 ਰੁਪਏ ਆਇਆ ਸੀ ਉਹ ਜੰਨੀ ਸਾਹਿਬ ਨੇ ਸਾਡਾ ਮਾਫ ਕਰਾਤਾ 53000 ਬਿੱਲ ਸਾਡਾ ਮਾਫ ਕਰਵਾਇਆ ਜੰਨੀ ਸਾਹਿਬ ਨੇ ਜੀ ਬਹੁਤ ਬਹੁਤ ਹੀ ਧੰਨਵਾਦ ਪੰਜਾਬ ਦੇ ਵਿੱਚ 53 ਦਾ ਪਰਵਾਹ ਜਿਨ੍ਹਾਂ ਦੇ ਬਕਾਇਆ ਖੜੇ ਜਿਹੜੇ ਬਿਜਲੀ ਦੇ ਬਕਾਇਆ ਨਹੀਂ ਭਰ پا ਰਹੇ ਉਹ ਪੰਜਾਬ ਸਰਕਾਰ ਦਾ ਦੇ ਉੱਤੇ ਹੈਗੀ ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹਾਂਜੀ ਜੰਨੀ ਜੀ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ 19740 ਰੁਪਏ ਸਾਨੂੰ ਬਿੱਲ ਆਇਆ ਸੀਗਾ ਜੀ ਤੇ ਉਹ ਸਾਡਾ ਬਿੱਲ ਮਾਫ ਹੋ ਚੁੱਕਿਆ ਗਰੀਬਾਂ ਦਾ ਉਹ ਬੱਚਾ ਗਰੀਬਾਂ ਦੀ ਅਸੀਂ ਸਾਡੇ ਲਈ ਸਾਰੇ ਨਿਵਾ ਚੁੱਕਾ ਨਾ ਹੁੰਦਾ ਹੀ ਰਹੂਗਾ 1500 ਕਰੋੜ ਰੁਪਇਆ ਮਾਫ ਕੀਤਾ ਤੇ ਉਹਨਾਂ ਦੇ ਸਾਰੇ ਬਿਜਲੀ ਦੇ ਬਿੱਲ ਫਾਟਦੇ ਐ ਉਹਨਾਂ ਦੇ ਬਿਲੇਜ ਲਿਖ ਕੇ ਆ ਗਿਆ ਕਿ ਤੁਹਾਡਾ ਬਕਾਇਆ ਸਰਕਾਰ ਨੇ ਭਰਤਾ ਤੁਹਾਨੂੰ ਹੁਣ ਭਰਨ ਦੀ ਲੋੜ ਨਹੀਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿੰਮੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਮਜਬੂਰੀਆਂ ਨੂੰ ਸਮਝਿਆ ਤੇ ਸਾਡਾ ਬਿੱਲ ਮਾਫ ਕਰਿਆ। ਕਿ ਤੇ ਧੰਨਵਾਦ ਕਰਦੇ ਹਾਂ ਅਸੀਂ ਚੰਨੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਗਰੀਬ ਬੰਦਿਆਂ ਦੀ ਬਾਹ ਫੜੀ। ਤੇ ਚੰਨੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਆਉਣ ਵਾਲੀ ਸਰਕਾਰ ਵੀ ਸਾਨੂੰ ਚੰਨੀ ਸਾਹਿਬ ਦੀ ਚਾਹੀਦੀ ਹੈ ਜੀ। ਚਾਹੀਦੀ ਆ। ਜਨਤਾ ਦੀ ਸਰਕਾਰ। ਜਨਤਾ ਦੇ ਨਾਲ। ਇੱਕੋ ਟੀਚਾ। ਪੰਜਾਬ ਖੁਸ਼ਹਾਲ। 12500 ਪਿੰਡਾਂ ਦੇ ਸਰਪੰਚਾਂ ਦੇ ਕੋਲ ਤਾਕਤ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ। ਸਿਸਟਮ ਨੂੰ ਬਦਲਣ ਦੀ ਖਾਤਰ ਨਵਜੋਤ ਸਿੰਘ ਸਿੱਧੂ ਐਦ ਕੀ ਪਾਪੇ ਦਾ ਆਸ਼ੀਰਵਾਦ ਲੈ ਕੇ ਪੰਜਾਬ ਮਾਡਲ ਲੈ ਕੇ ਆਇਆ ਗਜਰੀਵਾਲ ਗਜਰੀਵਾਲ ਸੋਰਾ ਪੰਜਾਬ ਤੇਰੇ ਨਾਲ ਜਦੋਂ ਇਲੈਕਸ਼ਨ ਹੋ ਕੇ ਆਟਿਆ ਤੇ ਮੈਂ ਵਿਧਾਨ ਸਭਾ 'ਚ ਖੜਾ ਹੋਇਆ ਉਹ ਮੈਂ ਕਹਾ ਕੇ ਜਿਰੀਵਾਲ ਕੇਜਰੀਵਾਲਿਆ ਆ ਕੀ ਬਣਿਆ ਤੇਰੇ ਨਾਲ ਹੈਰੀ ਮਾਨ ਨੂੰ ਦੱਬਣ ਨੂੰ ਫਿਰਦੇ ਆ ਪਰ ਪਤੰਦਰ ਦੱਬਦਾ ਕਿੱਥੇ ਆ ਜਿੰਦਾਬਾਦ ਹੈਰੀ ਮਾਨ ਨੂੰ ਆਪਣੇ ਹੀ ਹਰਾਉਣ ਨੂੰ ਫਿਰਦਿਆ ਪਰ ਐਦਕੀ ਹਰਦਾ ਕਿੱਥੇ ਆ ਇਹ ਲਿਖ ਲੋ ਐਦਕੀ 4000 ਦੇ ਉੱਤੇ ਹਰਾਇਆ ਸੀ ਭਰਾ ਮੇਰਾ ਤੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਐ ਜबान ਦਾ ਪੱਕਾ ਐ ਤੇ ਪ੍ਰਧਾਨ ਨਾ ਕਹੀਓ ਜੇ ਐਦਕੀ 40 ਤੇ ਜਿਤਾਇਆ ਨਾ ਠੋਕੋ ਤਾਰੀ ਟਕਾ ਕੇ ਸਿੱਧੂ ਕਹਿੰਦਾ ਨੋ ਇਫ ਨੋ ਬਟ ਸਿੱਧੂ ਦਾ ਜੱਟ ਠੋਕੋ ਚਕਾ ਕੇ ਤਾੜੀ ਤੇ ਮੈਂ ਤੁਹਾਨੂੰ ਕਹਿੰਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸੁਵੱਲੇ ਹੋਏ ਹੈਰੀ ਮਾਨ ਸਾਹਿਬ ਇੱਕ-ਇੱਕ ਕਾਂਗਰਸੀ ਤੇਰੇ ਨਾਲ ਖੜਾ ਸਿੱਧੂ ਪ੍ਰਧਾਨ ਤੇਰੇ ਨਾਲ ਖੜਾ ਰਾਹੁਲ ਗਾਂਧੀ ਤੇਰੇ ਨਾਲ ਖੜਾ ਪ੍ਰਿਆੰਕਾ ਗਾਂਧੀ ਤੇਰੇ ਨਾਲ ਖੜੀ ਹੈ ਕਾਂਗਰਸ ਦਾ ਬੱਚਾ ਬੱਚਾ ਤੇਰੇ ਨਾਲ ਖੜਾ ਹੈ। ਜ਼ੋਰ ਹਾਏ। ਇਹ ਜਿਹੜੀ ਰਲ ਮਿਲ ਕੇ ਖੇਡ ਖੇਲਦੇ ਆ ਨਾ 75 25 ਹੁਣ ਮੇਰੀ ਵਾਰੀ ਤੇ ਤੇਰੀ ਵਾਰੀ ਕਾਂਗਰਸ ਨੂੰ ਕੌਣ ਮਾਰ ਸਕਿਆ ਕਾਂਗਰਸੀ ਆਪਦੇ ਆਪ ਨੂੰ ਮਾਰਦੇ ਆ ਠੋਕੋ ਤਾੜੀ ਤੇ ਹੋਣ ਨਹੀਂ ਦੇਣਾ ਇਦਕੀ ਵੀ ਇਹ ਜਾ ਲਾਉ ਮੁੱਛਾਂ ਵਾਲਾ ਬਰੋਟਾ ਬਣੂ ਤੇ ਅਹੀਂ ਤੇ ਬਰੋਟੇ ਪਟਣ ਵੀ ਜਾਣਦੇ ਆ ਉਹ ਮੁੱਛਾਂ ਵਾਲਾ ਬੈਠਾ ਨਾ ਪਟਿਆਲੇ ਮਹਿਲ 'ਚ ਠੋਕੋ ਤਾੜੀ ਕਹਿੰਦਾ ਦਰਵਾਜ਼ੇ ਬੰਦ ਕਰੂ ਤੇ ਠੋਕਤਾ ਕਿ ਨਾ ਭਾਈ ਜੀ ਮੈਂ ਅੱਜ ਇੱਥੇ ਇੱਕ ਇੱਕ ਕਿਸਾਨ ਵੀਰ ਨੂੰ ਇੱਕ ਇੱਕ ਪੰਚਾਇਤ ਨੂੰ ਇੱਕ ਇੱਕ ਪੰਜ ਸਰਪੰਚ ਨੂੰ ਆਪਣਾ ਪੱਗ ਦਾ ਲੜ ਬਣਾ ਕੇ ਭੇਜੂਗਾ ਪੰਜਾਬ ਦਾ ਮਾਡਲ ਲਾ ਕੇ ਭੇਜੂਗਾ ਇੱਜ਼ਤ ਦੇ ਕੇ ਭੇਜੂਗਾ ਮਾਨ ਸਨਮਾਨ ਦੇ ਕੇ ਭੇਜੂਗਾ ਤੇ ਜੇ ਸਿੱਧੂ ਜੋ ਕਹਿ ਗਿਆ ਕਰਕੇ ਮੈਂ ਤੁਹਾਨੂੰ ਐਦ ਕੀ ਕਹਿਣਾ ਕਿ ਅਗਲੇ 5 ਸਾਲ ਪੰਜਾਬ ਦੇ ਮਾਡਲ ਨੂੰ ਦੇ ਦਿਓ 5 ਸਾਲ ਪੰਜਾਬ ਦੇ ਮਾਡਲ ਨੂੰ ਦੇ ਦਿਓ ਤੇ 5 ਸਾਲ ਅਗਲੇ ਇਲੈਕਸ਼ਨ ਨੂੰ ਨਹੀਂ ਅਗਲੀ ਪੀੜ੍ਹੀ ਨੂੰ ਦੇ ਦਿਓ ਤੇ ਸਿੱਧੂ ਤੁਹਾਡੇ ਤੋਂ ਕੁਝ ਨਹੀਂ ਮੰਗਦਾ ਏ ਨੌਜਵਾਨਾਂ ਨੂੰ ਦੇ ਦਿਓ ਵਤਨ ਦੀ ਫਿਕਰ ਕਰੋ ਪਿਆਰੇ ਨੌਜਵਾਨ ਮੁਸੀਬਤ ਆਈ ਖੜੀ ਐ ਤੇਰੀ ਬਰਬਾਦੀਆਂ ਦੇ ਮਸ਼ਵਰੇ ਆਸਮਾਨਾਂ 'ਚ ਨੇ ਨਾ ਸੰਭਲਾਂਗੇ ਤੇ ਮਿੰਟ ਜਾਵਾਂਗੇ ਆ ਪਿਆਰੇ ਪੰਜਾਬੀਓ ਸਾਡੀ ਦਾਸ ਤਾਂ ਤੱਕ ਨਾ ਹੋਊਗੀ ਦਾਸਤਾਨਾਂ ਵਿੱਚ ਮੈਂ ਕਿਉਂ ਕਹਣਾ ਇਹ ਮੈਂ ਕਿਉਂ ਕਹਣਾ ਕਿ 25 ਸਾਲ ਦੋ ਮੁੱਖ ਮੰਤਰੀਆਂ ਨੇ ਪੰਜਾਬ ਨੂੰ ਲੁੱਟਿਆ 25 ਸਾਲ ਤੋਂ ਮੁੱਖ ਮੰਤਰੀਆਂ ਨੇ ਪੰਜਾਬ ਦਾ ਉਹ ਹਸ਼ਰ ਕਰਤਾ ਕਿ ਅੱਜ ਸਾਡਾ ਨੌਜਵਾਨ ਇੱਥੇ ਰਹਿ ਕੇ ਰਾਜੀ ਨਹੀਂ ਸਾਡਾ ਸਿਸਟਮ ਟੁੱਟ ਗਿਆ ਸਾਡਾ ਰਾਜਨੇਤਾਵਾਂ ਦੇ ਉੱਤੇ ਵਿਸ਼ਵਾਸ ਟੁੱਟ ਗਿਆ ਅਸੀਂ ਇਹ ਮੰਨਣ ਲੱਗ ਗਏ ਵੀ ਰਾਜਨੀਤੀ ਗੰਦੀ ਹੋਗੀ ਮੈਲੀ ਹੋਗੀ ਧੰਦਾ ਹੋਗੀ ਧੰਦਾ ਇਹ ਮੰਨਣ ਲੱਗ ਗਏ ਅੱਜ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਣਾ ਕਿ ਅੱਜ ਤੋਂ 2-4 ਮਹੀਨੇ ਨਹੀਂ ਅੱਜ ਤੋਂ 6 ਮਹੀਨਿਆਂ ਬਾਅਦ ਵੀ ਜੇ ਮੇਰੇ ਤੇ ਭਰੋਸਾ ਰੱਖਿਆ ਔਰ ਉਸ ਵਾਹਿਗੁਰੂ ਤੋਂ ਪ੍ਰੇਰਿਤ ਬਾਬੇ ਨਾਨਕ ਦੇ ਤੇਰਾ 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 ਤੋਲਣ ਵਾਲੇ ਤੇਰਾ ਪੰਜਾਬ ਮਾਡਲ ਦੇ ਉੱਤੇ ਭਰੋਸਾ ਰੱਖਿਆ ਤੇ ਪੰਜਾਬ ਨੂੰ ਪਹਿਲਾਂ ਪਾਉਣ ਲਾ ਦੂੰ ਰੰਗਲਾ ਪੰਜਾਬ ਬਣਾ ਦੂੰ ਲਿਖ ਲਓ ਮੇਰੀ ਗੱਲ ਤੇ ਅਗਲੇ ਸਾਲ ਜੂਨ ਦੇ ਵਿੱਚ ਸੈਂਟਰ ਦੀ ਸਰਕਾਰ ਜਿਹੜੀ GST ਦੇ ਉੱਤੇ ਸਾਨੂੰ 18000 ਕਰੋੜ ਰੁਪਏ ਦਿੰਦੀ ਸੀ ਉਹ ਬੰਦ ਹੋਣ ਲੱਗਿਆ ਹੈ ਜਿਹੜੀ ਬਿਜਲੀ ਦਾ ਕਾਟਾ ਕੀਤਾ ਉਹਦੇ 6000 ਕਰੋੜ ਰੁਪਏ ਲੱਗਣੇ ਆ ਜਿਹੜਾ ਤੇਲ ਦਾ 10 ਰੁਪਏ ਕਾਟਾ ਕੀਤਾ ਇਹਨੂੰ ਅਗਲੇ 5 ਸਾਲ ਚਲਾਉਣ ਦੇ ਲਈ ਹਰ ਸਾਲ 7000 ਕਰੋੜ ਰੁਪਏ ਦੇਣਾ ਪੈਣਾ ਇਹ ਯਾਦ ਰੱਖਣਾ ਕਿ ਜੇ ਮਾਫੀਆ ਰਿਆ ਤੇ ਆਪਣੀ ਪੰਜਾਬ ਦੀ ਹੁੰਦ ਨਹੀਂ ਰਹਿਣੀ ਤੇ ਮੈਂ ਤੁਹਾਨੂੰ ਕਹਿਣਾ ਕਿ ਜੇ ਪੰਜਾਬ ਮਾਡਲ ਲਾਉਣ ਦੀ ਤਾਕਤ ਦਿੱਤੀ ਜਾਂ ਤੇ ਸਿੱਧੂ ਹੈ ਨਹੀਂ ਤੇ ਜਾਂ ਫਿਰ ਮਾਫੀਆ ਹੈ ਨਹੀਂ ਮਾਫੀਆ ਰਾਜ ਪੰਜਾਬ ਦੇ ਨਕਸ਼ੇ ਤੋਂ ਮਿਟਾ ਦੂੰਗਾ ਨਕਸ਼ੇ ਤੋਂ ਮਿਟਾ ਦੂੰ ਨਕਸ਼ੇ ਤੋਂ ਇਹ ਲਿਖ ਲਓ ਮੇਰੀ ਗੱਲ ਇਹ ਜਿਹੜੇ ਹਰ ਥਾਂ ਦੇ ਉੱਤੇ ਡਿਸਟਿਲਰੀਆਂ ਚਲਾਉਂਦੇ ਆ ਸ਼ਰਾਬਾਂ ਵੇਚਦੇ ਆ 200 ਦੀ ਸ਼ਰਾਬ 2000 ਚ ਵੇਚਦੇ ਆ ਇਹਨਾਂ ਦੀਆਂ ਜੇਬਾਂ ਪਾੜ ਕੇ ਇਹਨਾਂ ਦੇ ਸੀਨੇ ਪਾੜ ਕੇ ਇਹਨਾਂ ਦੇ ਕੱਪੜੇ ਪਾੜ ਕੇ 30000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ 'ਚ ਪਰੂ ਤੇ ਲਿਖੋ ਜਿੰਦਾਬਾਦ ਤੇ ਲਿਖੋ ਟਕਾ ਕੇ ਲਿਖੋ ਇਸ ਗੱਲ ਨੂੰ ਨਹੀਂ ਤੇ ਤੁਹਾਨੂੰ ਝੂਠ ਨਹੀਂ ਬੋਲਣਾ ਹੂੰ ਨਹੀਂ ਤੇ ਮੈਂ ਇਹਦਾ ਹਿੱਸੇਦਾਰ ਨਹੀਂ ਬਣੂ ਇਹਦਾ ਭਾਗੀਦਾਰ ਨਹੀਂ ਬਣੂ ਮੈਂ ਤੁਹਾਨੂੰ ਕਹਿਣਾ ਕਿ ਆਉਣ ਵਾਲੇ 5 ਸਾਲ ਦੇ ਵਿੱਚ ਜੜੀ ਟਰਾਲੀ ਦੇਤੇ ਦੀ ਅੱਜ 4.5 ਹਜ਼ਾਰ ਦੀ ਮਿਲਦੀ ਹੈ ਜੜੀ ਕਿਹੜੀ ਰੇਤੇ ਦੀ ਟਰਾਲੀ 3700 ਦੀ ਮਿਲਦੀ ਐ ਜੇ 1000 ਰੁਪਏ ਤੋਂ ਵੱਧ ਮਿਲ ਗਈ ਤੇ ਸਿੱਧੂ ਨੂੰ ਨੀਵੇਂ ਥਾਵੇਂ ਭਾਇਓ ਨੀਵੇਂ ਥਾਵੇਂ ਰੇਤੇ ਦੀ ਇੱਕ ਟਰਾਲੀ ਇਹ ਲੇਖੋ ਇਹ ਗੱਲਾਂ ਹੋਣਗੀਆਂ 30000 ਕਰੋੜ ਦੀ ਚੋਰੀ ਜਦੋਂ ਰੋਕੀ ਇਹ ਮਾਫੀਆ ਰੋਕਿਆ ਇਹਨਾਂ ਦੇ ਆਪ ਦੇ ਘਰ ਪਰਦੇ ਰਹੇ 0.1% ਲੋਕ ਅਮੀਰ ਹੁੰਦੇ ਰਹੇ ਤੇ 99% ਗਰੀਬ ਹੁੰਦੇ ਰਹੇ ਤੇ ਲਾਗੂ ਕੀ ਹੋਣਾ ਪੰਜਾਬ ਮਾਡਲ 'ਚ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿ ਰਿਆਂ ਔਰ ਉਹ ਸਭ ਤੋਂ ਵੱਡੀ ਗੱਲ ਕੀ ਹੈ ਕਿ ਸਾਡਾ ਸਿਸਟਮ ਤੋਂ ਵਿਸ਼ਵਾਸ ਉੱਠ ਗਿਆ ਉਹ ਭਾਈ ਤੁਸੀਂ ਤਹਿਸੀਲ ਜਾਂਦੇ ਹੋ ਬਗੈਰ ਪੈਸੇ ਕੰਮ ਹੁੰਦਾ ਦੱਸੋ ਦੱਸੋ ਬੋਲੋ ਠਾਣਿਆਂ 'ਚ ਜਾਂਦੇ ਹੋ ਬਗੈਰ ਪੈਸੇ ਕੰਮ ਹੁੰਦਾ ਬੋਲੋ ਹੱਥ ਖੜੇ ਕਰਕੇ ਆਏ ਕਰਕੇ ਬੋਲੋ ਟਕਾ ਕੇ ਹੁੰਦਾ ਮਿਊਨਿਸਪੈਲਟੀਆਂ ਦੇ ਵਿੱਚ ਮਿਊਨਿਸਪੈਲਟੀਆਂ ਦੇ ਵਿੱਚ ਜਦੋਂ ਜਾਂਦੇ ਹੋ ਬਰਤ ਸਰਟੀਫਿਕੇਟ ਡੈਥ ਸਰਟੀਫਿਕੇਟ ਬਗੈਰ ਪੈਸੇ ਮਿਲਦਾ ਹੈ ਮਿਲਦਾ ਦੱਸੋ ਇਸ ਸਿਸਟਮ ਤੋਂ ਵਿਸ਼ਵਾਸ ਉੱਠੀ ਜਾਂਦਾ ਹੈ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਜਿਹੜਾ ਡਿਗਰੀ ਕਰੀ ਫਿਰਦਾ ਹੈ ਉਹ ਟੱਕੇ ਖਾਈ ਜਾਂਦਾ ਹੈ ਇਹ ਸਿਸਟਮ ਬਦਲਣਾ ਪੈਣਾ ਹੈ ਇਹ ਨੌਕਰੀਆਂ ਦਾ ਸਿਸਟਮ ਬਦਲਣਾ ਪੈਣਾ ਹੈ ਇਹ ਕਿਸਾਨੀ ਨੂੰ ਉਹਦੀ ਘਟ ਰਹੀ ਆਮਦਨ ਉਹਦੀ ਘਟ ਰਹੀ ਪ੍ਰੋਡਕਟਿਵਿਟੀ ਤੇ ਵਧ ਰਹੀ ਲਾਗਤ ਦੇਵਚੋਂ ਕੱਢਣਾ ਪੈਣਾ ਹੈ ਇਸ ਸਿਸਟਮ ਨੂੰ ਬਦਲਣ ਦੀ ਖਾਤਰ ਨਵਜੋਤ ਸਿੰਘ ਸਿੱਧੂ ਐਦ ਕੀ ਬਾਬੇ ਦਾ ਆਸ਼ੀਰਵਾਦ ਲੈ ਕੇ ਪੰਜਾਬ ਮਾਡਲ ਲੈ ਕੇ ਆਇਆ ਤੇ ਜੇ ਰਾਜੀਵ ગાંધી ਜੀ ਦੀ ਸੋਚ ਸੀ ਕਾਂਗਰਸ ਦੀ ਸੋਚ ਸੀ ਉਹ ਪੰਚਾਇਤੀ ਰਾਜ ਸਥਾਪਿਤ ਕਰਨ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਆਇਆ ਇਹ ਤਾਕਤ ਪੰਜਾਬ ਦੇ ਪੰਚਾਇਤ ਦੇ ਸੈਕਟਰੀਆਂ ਕੋਲ ਨਹੀਂ ਰਹੂਗੀ ਇਹ 12500 ਪਿੰਡਾਂ ਦੇ सरपंचਾਂ ਦੇ ਕੋਲ ਤਾਕਤ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਗੱਲ ਯਾਦ ਰੱਖਿਓ ਇਹ ਪੰਚਾਇਤੀ ਰਾਜ ਇਹਦੇ ਕੋਲ ਕਿਹੜੀ ਤਾਕਤ ਛੱਡੀ ਐ ਮੈਨੂੰ ਦੱਸੋ ਪੰਚਾਇਤੀ ਰਾਜ ਦੇ ਵਿੱਚ 170 ਕੰਮ ਸਰਪੰਚ ਕਰ ਸਕਦਾ ਹੈ ਤੇ ਕਿਹੜੇ ਕੰਮ ਕਰਨ ਦਿੱਤੇ ਜਾਂਦੇ ਆ ਬਗੈਰ ਪੰਚਾਇਤ ਸੈਕਟਰੀ ਦੇ ਤੁਸੀਂ ਦੱਸੋ ਮਾਨ ਸਾਹਿਬ ਬਗੈਰ ਪੰਚਾਇਤ ਸੈਕਟਰੀ ਦੇ ਕਿਸੇ ਸਰਪੰਚ ਨੂੰ ਕੰਮ ਕਰਨ ਦਿੱਤਾ ਜਾਂਦਾ ਹੱਥ ਖੜੇ ਕਰੋ ਨਹੀਂ ਕਰਨ ਹੱਥ ਖੜੇ ਕਰੋ ਪੰਚਾਇਤਾਂ ਪੰਚਾਇਤ 25 ਤਰ੍ਹਾਂ ਦੇ ਟੈਕਸ ਲੈ ਕੇ ਪੈਸੇ ਕਮਾ ਸਕਦੀ ਹੈ ਬੋਲੋ ਤੁਹਾਨੂੰ ਟੈਕਸ ਲਾਉਣ ਦਿੱਤਾ ਜਾਂਦਾ ਹੈ ਬੋਲੋ ਤੁਹਾਡੇ ਇਲੈਕਸ਼ਨ ਸਹੀ ਹੋਏ ਆ ਮੈਂ ਜਾਣਦਾ ਇਹ ਜਿਹੇ ਐਮਐਲਏ ਜਿਹੜੇ ਸਰਪੰਚ ਬਣਾਉਂਦੇ ਕਹਿੰਦੇ 5 ਲੱਖ ਦੇਓ ਇਹ ਬੋਲੋ ਸਹੀ ਹੈ ਕਿ ਨਹੀਂ ਹੈ ਠੋਕੋ ਤਾਰੀ ਟਕਾ ਕੇ ਜੇ ਮੈਂ ਝੂਠ ਬੋਲਦਾ ਹਾਂ ਮੈਂ ਤੇ ਜੁਮਾ ਦੇਣਾ ਸਿਸਟਮ ਮੁੱਕਰ ਗਿਆ ਸਿਸਟਮ ਵਿਗੜ ਗਿਆ ਐ ਪੰਚਾਇਤਾਂ ਦੇ ਵਿੱਚ ਹੋ ਰਿਹਾ ਤੇ ਮੈਂ ਤੁਹਾਨੂੰ ਕਹਿੰਨਾ ਕਿ ਪੰਚਾਇਤਾਂ ਦੇ ਵਿੱਚ ਅੱਜ ਮਨਰੇਗਾ ਦੇ ਮਜ਼ਦੂਰ ਕੰਮ ਕਰਦੇ ਆ 100 ਦਿਨ ਦੀ ਦਿਹਾੜੀ ਦੀ ਗਰੰਟੀ ਹੈ ਦੱਸਦੇ ਆ 90 ਤੇ ਦਿੰਦੇ ਆ 70 ਦੇ ਪੈਸੇ ਕਰਾਉਂਦੇ ਆ ਕੰਮ ਸਵਾ 100 ਸਵਾ ਬੋਲੋ ਠੀਕ ਹੈ ਨਾ ਕਿ ਨਹੀਂ ਕਹਿੰਦਾ ਬੋਲੋ ਠੀਕ ਹੈ ਨਾ ਕਿ ਨਹੀਂ ਕਹਿੰਦਾ ਕਿ ਇਸ ਸਿਸਟਮ ਨੂੰ ਬਦਲਣਾ ਹੈ ਕਿ ਪੰਚਾਇਤਾਂ ਨੂੰ ਤਾਕਤ ਚਾਹੀਦੀ ਹੈ ਮੈਂ ਤੁਹਾਨੂੰ ਕਹਿੰਨਾ ਪੰਚਾਇਤਾਂ ਦੇ ਇਲੈਕਸ਼ਨ ਵੀ ਸਹੀ ਤਰੀਕੇ ਕਰਾਵਾਂਗੇ ਰਾਜੀਵ ਜੀ ਦਾ ਸੁਪਨਾ 74ਵੀਆਂ ਐਮੈਂਡਮੈਂਟ ਸਾਫੇ ਦਾ ਲੜ ਬਣਾ ਕੇ ਪੰਚਾਇਤ ਨੂੰ ਰੱਖੂਗਾ ਤੇ ਇੱਕ ਵੀ ਸਰਪੰਚ ਜੇ ਇਹ ਕਹਿ ਗਿਆ ਵੀ ਮੈਂ ਪੰਚਾਇਤ ਸੈਕਟਰੀ ਦਾ ਬੰਨਿਆ ਹੋਇਆ ਤੇ ਨਵਜੋਤ ਸਿੰਘ ਸਿੱਧੂ ਸਾਫਾ ਲਾ ਕੇ ਸਿਰ ਦੂਗਾ ਜਾ ਉਹ ਤੁਹਾਨੂੰ ਮੈਂ ਕਹਣਾ ਠੋਕ ਐ ਪੰਚਾਇਤ ਸੈਕਟਰੀਆਂ ਦੀ ਗੱਲ ਮੈਂ ਕਿਉਂ ਕਰਦਾ ਇਹ ਪੰਚਾਇਤਾਂ ਦੀ ਗੱਲ ਮੈਂ ਕਿਉਂ ਕਰਦਾ ਕਿਉਂਕਿ ਮੈਂ ਜਾਣਦਾ ਕਿ ਸਾਨੂੰ ਬੰਨ ਕੇ ਖੜਾ ਕਰਤਾ ਸਾਨੂੰ ਉਸ ਥਾਂ ਦੇ ਉੱਤੇ ਖੜਾ ਕਰਤਾ ਕਿ ਅੱਜ ਸਾਡੇ ਨੌਜਵਾਨ ਐਨੇ ਹਤਾਸ਼ ਨੇ ਆ ਮੇਰਾ ਪੀਏ ਐ ਐਮ ਟੈਕ ਕੀਤੀ ਐ ਬੀ ਟੈਕ ਉਹਦੀ ਕਲਾਸ ਚ 118 ਮੁੰਡੇ ਸੀ 118 ਦੇ ਵਿੱਚੋਂ 116 ਬਾਹਰ ਚਲੇ ਗਏ 116 ਬਾਹਰ ਚਲੇ ਗਏ ਕੱਲੇ 2 ਰਹਿ ਗਏ 2 ਵੀਰੋ ਇਹ ਸਮਝ ਲਓ ਕਿ ਪੰਜਾਬ 'ਚ ਅਗਰ 2022 ਤੋਂ ਬਾਅਦ ਸਰਕਾਰ ਚਲਾਉਣੀ ਹੈ ਤੇ ਪੰਜਾਬ ਦਾ ਖਜ਼ਾਨਾ ਭਰਨਾ ਪੈਣਾ ਹੈ ਇਹ ਚੋਰੀਆਂ ਰੋਕਣੀਆਂ ਪੈਣੀਆਂ ਇਹ ਰਲ ਮਿਲ ਕੇ ਜਿਹੜੇ ਖੇਡਦੇ ਆ ਕਿਤੇ 75 25 ਦਾ 60 40 ਨਾ ਹੋ ਜੇ ਦੇਖੋ ਕਿਤੇ ਇਸ ਕਰਕੇ ਐਤ ਕੀ ਬੰਦਾ ਇਮਾਨਦਾਰ ਚੁਣ ਲਿਓ ਤੇ ਜਿਹੜੇ ਮਨਸਿਪਲਿਟੀ ਦੇ ਸਾੰਡਾ ਵਾਂਗ ਫਿਰਦੇ ਸੀ ਚਿੱਟਾ ਵੇਚਦੇ ਸੀ ਜਿਹੜੇ ਖੰਘਾਰੇ ਮਾਰਦੇ ਸੀ ਵੇਖ ਲਓ ਆ ਗਈ ਚੰਨੀ ਸਰਕਾਰ ਆ ਗਿਆ ਸਿੱਧੂ ਸਰਦਾਰ ਤੇ ਮਜੀਠੀ ਆ ਫਰਾਰ ਢੋਕੋ ਢੋਕੋ ਧੜੀ ਢੋਕੋ ਢੋਕੋ ਅੱਜ ਫੇਰ ਬਿਲ ਰਿਜੈਕਟ ਅਨੇ ਪੈ ਟੋਕੋ ਟਕਾ ਕੇ ਕਾ ਭੱਜ ਮਜੀਠੀਆ ਭੱਜ ਓਏ ਕਿ ਸਿੱਧੂ ਆਉਂਦਾ ਟੋਕੋ ਠੋਕੋ ਰੋਕੋ ਨਾ ਇਹਨੇ ਬੜੇ ਔਖੇ ਕੀਤੇ ਆ ਇਹ ਜਿੱਜੂ ਸਾਲਾ ਤੇ ਇੱਥੇ ਸਨੌਰ ਚ ਤਿੱਖੀ ਆਵਾਜ਼ ਸਨੌਰੀ ਮਿਰਚ ਵਰਗੀ ਗੂੰਜਦੀ ਆ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ ਜੀਜਾ ਸਾਲਾ ਰਹਿਣ ਨਹੀਂ ਦੇਣਾ ਟੋਕੋ ਠੋਕੋ ਤੜੀ ਠੋਕੋ ਟਕਾ ਕੇ ਦਗਾ ਗੇਠੋ ਕੋਟੜ ਇਸ ਸਿਸਟਮ ਬਦਲਣ ਆਇਆ ਸਿੱਧੂ ਬਾਬੇ ਨਾਨਕ ਦੇ ਭਾਈ ਲਾਲੂਆਂ ਨੂੰ پاਗਲਾਉਣ ਆਇਆ ਸਿੱਧੂ ਕਿਸਾਨ ਦੀ ਆਮਨਨ ਮਨਾਉਣ ਆਇਆ ਸਿੱਧੂ ਜਾ ਲਿਖੋ ਜੇ ਪੰਜਾਬ ਮਾਡਲ ਲਾਗੂ ਕਰਨ ਦੀ ਤਾਕਤ ਦਿੱਤੀ ਜੇ ਰਜੀਵ ਜੀ ਦਾ ਸੁਪਨਾ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਦਾ ਸੁਪਨਾ ਲਾਗੂ ਕਰਨ ਦੀ ਤਾਕਤ ਦਿੱਤੀ ਤੇ ਕੋਈ ਕਿਸਾਨ ਇਹ じゃ ਨਹੀਂ ਹੋਊਗਾ ਜਿਹਨੂੰ ਦਾਲਾਂ ਦੇ ਉੱਤੇ ਤੇ ਤੇਲ ਬੀਜਾਂ ਦੇ ਉੱਤੇ ਐਮ ਐਸ ਪੀ ਲੀਗਲੀ ਨਹੀਂ ਮਿਲੂਗੀ ਮੈਂ ਠੋਕ ਕੇ ਕਹਨਾ ਤੁਹਾਨੂੰ ਟਕਾ ਕੇ ਕਹਿੰਦਾ ਜੱਟ ਜਾਂਦਾ ਹੈ ਬਾਜ਼ਾਰ 5 ਰੁਪਏ ਦਾ ਟਮਾਟਰ 3 'ਚ ਵੇਚ ਕੇ ਆ ਜਾਂਦਾ ਕਿਉਂਕਿ ਗਲ ਜਾਂਦੇ ਆ ਟਮਾਟਰ ਬੋਲੋ ਸਹੀ ਕਹਿੰਨਾ ਕਿ ਨਹੀਂ ਕਹਿੰਦਾ ਬੋਲੋ ਸਹੀ ਕਹਿੰਨਾ ਕਿ ਨਹੀਂ ਕਹਿੰਦਾ ਆੜਤੀਆ ਕਹਿੰਦਾ ਦੇ ਦੇ ਓਏ ਜੇ ਨਹੀਂ ਦਿੰਦਾ ਤਾਂ じゃ ਲੈ ਜਾ ਵਾਪਸ ਉਹ ਕਿੱਥੇ ਲੈ ਜਾਵੇਂ ਵਾਪਸ 5 ਦਾ ਟਮਾਟਰ 3 'ਚ ਦੇ ਆਉਂਦਾ 5 ਦਾ ਮਟਰ 3 'ਚ ਦੇ ਆਉਂਦਾ ਉਹਦੇ ਕੋਲ ਸਟੋਰੇਜ ਹੈ ਨਹੀਂ ਤੇ ਉਸੇ ਦਿਨ ਸ਼ਾਮ ਨੂੰ ਪਰਚੂਨ ਦੇ ਉੱਤੇ ਉਹੀ ਟਮਾਟਰ 25 ਦਾ ਵਿਕਦਾ ਤੇ 6 ਮਹੀਨਿਆਂ ਦੇ ਵਿੱਚ ਅਡਾਨੀ ਦੇ ਸ਼ੋਅਰੂਮ ਦੇ ਵਿੱਚ ਠੰਡੀ ਥਾਂ ਦੇ ਉੱਤੇ ਪਾ ਕੇ ਉਹੀ ਟਮਾਟਰ ਕਿਸਾਨ ਦੇ ਕੋਲ 65 ਰੁਪਏ ਚ ਵਾਪਸ ਆਉਂਦਾ ਬੋਲੋ ਹੈ ਕਿ ਨਹੀਂ ਚੋਰੀ ਹੈ ਕਿ ਨਹੀਂ ਚੋਰੀ ਹੁੰਦੀ ਹੈ ਕਿ ਨਹੀਂ ਤੇ ਸਿੱਧੂ ਤੁਹਾਨੂੰ ਛਾਤੀ ਠੋਕ ਕੇ ਕਹਿੰਦਾ ਪੰਜਾਂ ਪਿੰਡਾਂ ਦਾ ਕੋल्ड ਸਟੋਰੇਜ ਬਣਾਵਾਂਗੇ ਜੇ ਨਾ ਬਣਾਵਾਂਗੇ ਜੁਮਾ ਦਿਓ ਇਨਾ ਚੋਰਾਂ ਦੀਆਂ ਜੇਬਾਂ 'ਚੋਂ ਕੱਢਾਂਗੇ ਇਹ ਕੈਪਟਨ ਬਾਦਲ ਇਹਨਾਂ ਨੂੰ ਪੁੱਠਾ ਟੰਗਾਂਗੇ ਤੇ ਮਜੂਠੀਆ ਜਦੋਂ ਪੁੱਠਾ ਟੰਗਿਆ ਤੇ ਰੇਤਾ ਬਜਰੀ ਤੋਂ ਪਟਾ ਲੱਗਿਆ ਆਨ ਮਿਲੋ ਸਜਣਾ ਤੜ 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 ਰੇਤਾ ਬਜਰੀ ਤੜ 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 ਥੋਕੋ ਤਾੜੀ ਥੋਕੋ ਇਹਨਾਂ ਦੀਆਂ ਜੇਬਾਂ 'ਚੋਂ ਕੱਢੂ ਜਿੱਥੇ ਇਹਨੇ ਪੰਜਾਬ ਦੇ ਦੁੱਖਾਂ ਤੇ ਸੁੱਖ ਵਿਲਾਸ ਬਣਾਇਆ ਉੱਥੇ ਹਸਪਤਾਲ ਤੇ ਸਕੂਲ ਬਣਨਗੇ ਥੋਕੋ ਤਾੜੀ ਏ ਮੰਨੂ ਮੇਰੀ ਗੱਲ ਤੇ ਜੇ ਇਹ ਤਾਕਤ ਨਾ ਮਿਲੀ ਦਰਸ਼ਨੀ ਘੋੜਾ ਨਹੀਂ ਬਣਦਾ ਸਿੱਧੂ ਸਿੱਧੂ ਐਦ ਕੀ ਅੱਗੇ ਲੱਗ ਕੇ ਜਿਤਾਉਣ ਨਹੀਂ ਆਇਆ ਕੱਲਾ ਜਿਤਾ ਕੇ ਇਹ ਮਾਡਲ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਪੈਸੇ ਲੋਕਾਂ ਤੱਕ ਪਹੁੰਚਾਉਣ ਆਇਆ ਡਵੈਲਪਮੈਂਟ ਦੇ ਫਾਰਮ ਦੇ ਵਿੱਚ ਜੇ ਕਿਸਾਨ ਚਾਊਗਾ ਆਪਣੀ ਫਸਲ ਵੇਚਣੀ ਜਾਂ ਚਾਊਗਾ ਉਹਦੇ ਵੇਚੂਗਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਏ ਪੱਗ ਸਾਡੀ ਕਿਸਾਨ ਸਾਡੀ ਪਛਾਣ ਹੈ ਜਗ ਦੀ ਜਾਨ ਹੈ ਤੇ ਮੈਂ ਕਹਾਂ ਮੇਰਾ ਕੱਖ ਨਾ ਰਵੇ ਕਿਸੇ ਦਾ ਕੱਖ ਨਾ ਰਵੇ ਜੇ ਪੰਜਾਬ ਦੇ ਵਿੱਚ ਕਿਸਾਨ ਰਹੇਗਾ ਤੇ ਪੰਜਾਬ ਰਹੇਗਾ ਸਾਡੀ ਪੱਗ ਰਹੇਗੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਬਹਿਰੀਆਂ ਨੇ ਅੱਜ ਤੇਰਾ ਲੁੱਟ ਲਿਆ maal ਹੋਏ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਚ ਜੀਰੀ ਰੱਖੇ ਭਾਵੇਂ ਕਣਕ ਰੱਖੇ 80% ਉਹਦਾ ਉਸੇ ਵੇਲੇ ਉਹਨੂੰ ਲੋਨ ਦੇ ਤੌਰ ਦੇ ਉੱਤੇ ਦਿੱਤਾ ਜਾਏਗਾ ਜਦ ਮਰਜੀ ਆਪਦੀ ਫਸਲ ਵਿੱਚੇ ਸਬਜ਼ੀਆਂ ਦੇ ਵਾਸਤੇ ਕੋल्ड ਸਟੋਰ ਤੇ ਹੋਰ ਸੁਣ ਲੋ ਇਹ ਮਾਨੀ ਦਾਨੀ ਕੀ ਕਰਦੇ ਆ ਭਾਈ ਇਹ ਚੌਲ ਤੋਂ ਬਣਾਉਂਦੇ ਆ ਰਾਈਸ ਬ੍ਰੈਨ ਰਾਈਸ ਪ੍ਰੋਟੀਨ ਤੇ ਮੱਕੀ ਤੋਂ ਬਣਾਉਂਦੇ ਆ ਮੱਕੀ ਦੇ ਉੱਤੇ ਲਿਖ ਦਿੰਦੇ ਆ ਐ ਲਾ ਕੇ ਸੋਨਾ ਜ 80 ਰੁਪਏ ਜੱਟ ਤੋਂ ਲੈਂਦੇ ਆ 3 ਰੁਪਏ ਦੀ ਉੱਥੇ ਕੋल्ड ਸਟੋਰ ਚ ਲਾ ਕੇ ਰੱਖ 80 ਰੁਪਏ ਰਾਈਸ ਬ੍ਰੈਨ ਰਾਈਸ ਪ੍ਰੋਟੀਨ ਰਾਈਸ ਫੈਟ ਵੀ ਗੁਣਾ ਵਿਕਦਾ ਉਹ ਮੈਂ ਤੁਹਾਨੂੰ ਕਹਿੰਦਾ ਪੰਜਾਬ ਮਾਡਲ ਕਹੂਗਾ ਔਰ ਪੰਜਾਬ ਮਾਡਲ ਜੱਟਾਂ ਦੇ ਹੱਕ ਲਊਗਾ ਔਰ ਪੰਜਾਬ ਮਾਡਲ ਕਹਿੰਦਾ ਕਿ ਹੁਣ ਬਿਰਲੇ ਟਾਟੇ ਪ੍ਰੋਸੈਸਿੰਗ ਨਹੀਂ ਕਰਨਗੇ ਐਗਰੀ ਇੰਡਸਟਰੀ ਦੀ ਹੁਣ ਪ੍ਰੋਸੈਸਿੰਗ ਜੱਟ ਤੇ ਨੌਜਵਾਨ ਕਰੇਗਾ ਇਹ ਨੌਜਵਾਨ ਜਿਹੜਾ ਹਤਾਸ਼ ਹੈ ਇਹ ਕਰੇਗਾ ਜੰਦਾਬਾਦ ਨਹੀਂ ਲੈਣ ਦਊਗਾ ਰਿਸ਼ਵਤ ਕਰੂੰਗਾ ਸਥਾਪਿਤ ਰਾਜੀਵ ਜੀ ਦੀ ਜੜੀ ਸੋਚ ਸੀ ਕੜੀ ਰਾਹੁਲ ਗਾਂਧੀ ਦੀ ਪ੍ਰਿਆੰਕਾ ਗਾਂਧੀ ਦੀ ਸੋਚ ਆ ਪੰਚਾਇਤੀ ਰਾਜ ਸਥਾਪਿਤ ਕਰਾਂਗੇ ਪੰਚਾਇਤੀ ਰਾਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਔਰ ਹੋਏਗਾ ਤਾਂ ਜੇ ਪੰਚਾਇਤਾਂ ਦੀ ਹੋਂਦ ਬਣੇਗੀ ਜੇ ਪੰਚਾਇਤ ਅਸੀਂ ਪਗਵਾਗ ਆਪਣੇ ਸਜਾ ਕੇ ਰੱਖਾਂਗੇ ਸੈਕਟਰੀਆਂ ਦੇ ਕੋਲ ਬੰਨ ਨਹੀਂ ਦੇਾਂਗੇ ਪੰਚਾਇਤਾਂ ਨੂੰ ਤਾਕਤਾਂ ਦੇਵਾਂਗੇ ਪੰਚਾਇਤਾਂ ਟੈਕਸ ਲਾਣ ਭਾਵੇਂ ਪੰਚਾਇਤਾਂ ਜਿਵੇਂ ਮਰਜ਼ੀ ਉਹਦੇ ਪੈਸੇ ਖਰਚਣ ਪੰਚਾਇਤਾਂ ਪਿੰਡਾਂ ਨੂੰ ਚਲਾਉਣ ਪਿੰਡਾਂ ਦੇ ਸਕੂਲਾਂ ਨੂੰ ਚਲਾਉਣ ਪੰਚਾਇਤਾਂ ਡਵੈਲਪਮੈਂਟ ਕਰਨ ਵੀਰੋ ਮੇਰੀ ਗੱਲ ਜੇ ਮੰਨੋਗੇ ਤੇ ਇਹ ਪੰਜਾਬ ਮਾਡਲ ਆਉਣ ਵਾਲੇ ਖਤਰੇ ਨੂੰ ਟਾਲ ਦੂਗਾ ਜਿਦੀ ਕੋਠੀ ਦਾਣੇ ਭਾਈ ਉਹਦੇ ਕਮਲੇ ਵੀ ਸਿਆਣੇ ਤੇ ਜਿਹਦੇ ਕੋਲ ਰੁਪਈਏ ਪੈਸੇ ਨਾ ਹੋਣ ਉਹ ਕਿਵੇਂ ਲੜ ਸਕਦਾ ਰਾਹ ਦੇ ਵਿੱਚ ਆਉਨੇ ਆ ਤੇ ਕਿਤੇ ਈਟੀਟੀ ਟੀਚਰ ਹਾਏ 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 ਤੇ ਕਿਤੇ ਕਿਤੇ ਉਹ ਜਿਹੜੇ ਕੱਚੇ ਮਲਾਦਮ ਨੇ ਉਹ ਹਾਏ 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 ਕਾਈ ਕਿੰਨੇ ਕੇ ਪੈਸੇ ਚਾਹੀਦੇ ਐ 1000 ਕਰੋੜ ਰੁਪਇਆ ਚਾਹੀਦਾ ਸਾਰੇ ਟੀਚਰ ਘਰੇ ਵਾਪਸ 3000 ਕਰੋੜ ਰੁਪਇਆ ਚਾਹੀਦਾ ਪੰਜਾਬ ਚ ਕੋਈ ਧਰਨਾ ਨਾ ਹੋਊਗਾ ਪਰ ਕਿੱਥੋਂ ਆਊ ਇਹ ਸ਼ਰਾਬ ਦੇ ਮਾਫੀਏ ਤੋਂ ਆਊ ਇਹ ਰੇਤ ਦੇ ਮਾਫੀਏ ਤੋਂ ਆਊ ਇਹ ਸੁਖਬੀਰ ਦੇ ਚੇਲੇ ਚਾਟ ਕੇ ਜੁਝਾਰ ਵਰਗੇ ਜਿਹੜੇ ਕੇਵਲਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹਨਾਂ ਨੂੰ ਤੋੜ ਕੇ ਆਊ ਇਹ ਜ਼ਮੀਨਾ ਦੱਬੀਆਂ ਚਾਰ-ਚਾਰ ਮਰਲੇ ਗਰੀਬਾਂ ਨੂੰ ਦੇ ਕੇ ਆਉਂ ਬਾਬਾ ਨਾਨਕ ਤੋਲਦਾ ਰਿਹਾ ਤੇਰਾ 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 ਸੁੱਖਾ ਤੋਲਦਾ ਮੇਰਾ 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 ਮੇਰੀਆਂ ਬਸਾਂ ਮੇਰੇ ਠਿਕਾਣੇ ਮੇਰੇ ਹੋਟਲ ਤਾਉਣ ਚ ਕਿਲਾ ਫਸਿਆ ਇਦਾਂ ਐ ਮੈਂ ਕਿਤੇ ਮੇਮਣਾ ਬਣ ਕੇ ਨਾ ਪੈਦਾ ਹੋ ਜੀ ਅਗਲੀ ਵਾਰ ਤੇ ਦਸਾਂਬਿਆਂ ਨਹੀਂ ਜਾਂਦਾ ਆਪਦਾ ਤੇ ਪੰਜਾਬ ਸੰਭੂਗਾ ਫੁੱਟਬਾਲ ਖੇਡਣ ਲੱਗਿਆ ਲੱਗਦਾ ਫੁੱਟਬਾਲ ਫੁੱਟਬਾਲ ਨਾ ਖੇਡਦੀ ਹੈ ਪ੍ਰਕਾਰ ਲੈ ਕੇ ਵਾਇਆਂ ਦਾ ਠੋਕੋ ਤਾੜੀ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹਉਣਾ ਵੀਰੋ ਕਿ ਇਹ ਕਰਜ ਤੁਸੀਂ ਮੋੜ ਰਹੇ ਹੋ ਗਰੀਬ ਲੋਕ ਆਮ ਲੋਕ ਕਿਸਾਨ ਲੋਕ ਕਿੱਦਾਂ ਦੇ ਮੋੜ ਰਹੇ ਹੋ ਅਮੀਰ ਡਾਇਰੈਕਟ ਟੈਕਸਾਂ ਦੇ ਵਿੱਚ 225 ਕਰੋੜ ਮੋੜਦਾ ਸਰਕਾਰ ਨੂੰ 225 ਕਰੋੜ ਤੇ ਕਿਸਾਨ ਗਰੀਬ ਮਜ਼ਦੂਰ ਇਹ 51000 ਕਰੋੜ ਰੁਪਏ ਟੈਕਸ ਦਿੰਦਾ ਹੈ ਪੰਜਾਬ ਸਰਕਾਰ ਨੂੰ 51000 ਕਰੋੜ ਰੁਪਏ ਟੈਕਸ ਦਿੰਦਾ ਹੈ ਅੱਖਾਂ ਖੋਲੋ ਜਾਗੋ ਅਰੇਸ ਪੰਜਾਬ ਮਾਡਲ ਨੂੰ ਵੋਟਾਂ ਪਾਈਓ ਤੇ ਮੈਂ ਤੁਹਾਨੂੰ ਗਰੰਟੀ ਲੈ ਕੇ ਕਹਿੰਦਾ ਟੈਕਸ ਕਟਾ ਕਟਾ ਕੇ ਕਟਾ ਕਟਾ ਕੇ ਤੁਹਾਡੇ ਬੱਚਿਆਂ ਦੀ এডਿਕੇਸ਼ਨ ਚ ਲੱਗੂਗਾ ਤੇ ਉਸ ਦਿਨ ਪੰਜਾਬ ਪੰਜਾਬ 10 ਸਾਲਾਂ ਅਚ ਸਿਰਜਿਆ ਜਾਊਗਾ ਜੇ ਦਿਨ ਕੋਈ ਰਿਕਸ਼ੇ ਵਾਲੇ ਦਾ ਪੁੱਤਰ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਆਈ ਐਸਐਫਸਰ ਬਣ ਜਾਊ ਔਰ ਜੇ ਦਿਨ ਕੋਈ ਕਿਸਾਨ ਦਾ ਪੁੱਤ ਕੈਂਸਰ ਦਾ ਇਲਾਜ ਸਰਕਾਰੀ ਹਸਪਤਾਲ 'ਚ ਫ੍ਰੀ ਕਰਾਊ ਇਹ ਪੰਜਾਬ ਇਹ ਮੇਰਾ ਸੁਪਨਾ ਹੈ ਮੈਂ ਝੂਠ ਨਹੀਂ ਵੇਚਦਾ ਮੈਂ ਰੈਪਰ ਵਾਲੇ ਲollipops ਨਹੀਂ ਵੇਚਦਾ ਮੇਰੀ ਬਾਜ ਕੜਕਦੀ ਹੈ ਮੈਂ ਗੁਰੂ ਦਾ ਸਿੱਖ ਹਾਂ ਮਾਂ ਮੇਰੀ ਕੋਈ ਖੱਡ ਚੱਲੇ ਨਾ ਮੇਰੀ ਕੋਈ ਦੁਕਾਨ ਚੱਲੇ ਨਾ ਮੈਂ ਪੰਜੀ ਰਵਾ ਰਾਰ ਨਾ ਮੈਂ ਖਾਵਾਂ ਹਰਾਮ ਸਿੱਧੂ ਦੇ ਨਾਲ ਜੁੜਿਆ ਈਮਾਨ ਇਮਾਨਦਾਰੀ ਨੈਤਿਕਤਾ ਜਿੰਦਾਬਾਦ 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 ਜਿੰਨੀ ਪਿੰਡਾਂ ਦੇ ਵਿੱਚ ਹਨ ਇਮਪਲੋਇਮੈਂਟ ਹੈ ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਉਦੋਂ ਡਬਲ ਕਸਬਿਆਂ 'ਚ ਹੈ ਤੇ ਸ਼ਹਿਰਾਂ 'ਚ ਹੈ ਤੇ ਪੰਜਾਬ ਮਾਡਲ ਕਹਿੰਦਾ ਕਿ ਮੈਂ 5 ਲੱਖ ਸ਼ਰੀ ਬੰਦਿਆਂ ਨੂੰ ਨੌਕਰੀ ਦੀ ਗਰੰਟੀ ਦਵਾਂ ਮਜ਼ਦੂਰ ਕੋਈ ਮਜ਼ਦੂਰ 350 ਤੋਂ ਘੱਟ ਦਿਹਾੜੀ ਨਹੀਂ ਕਰੂ ਰਜਿਸਟਰ ਹੋਊ ਜੇ 100 ਤੋਂ 200 ਦਾਲ ਹੋ ਗਈ 400 ਤੋਂ 800 ਗੈਸ ਦਾ ਸਿਲੰਡਰ ਹੋ ਗਿਆ ਤੇ ਮਜ਼ਦੂਰ ਦੀ ਦਿਹਾੜੀ 250 ਤੋਂ 500 ਹੋਈ ਉਹਦਾ 250 100 ਜੋਗਾ ਰਹਿ ਗਿਆ ਤੇ ਮੈਂ ਸੱਥਾਂ 'ਚ ਬੈਠਿਆ ਮਾਤਾ ਬਿੰਡੀਆਂ ਵੀ ਕੱਢੀਆਂ ਨੇ ਤਾਇਆ ਹਾਕ ਮਾਰਦਾ ਹੁੰਦਾ ਉਹ ਸਿੱਧੂ ਉਹ ਬਿੰਡੀ ਕੱਢ ਓਏ ਤੇ ਇੱਥੇ ਕੇਜਰੀਵਾਲ ਨੂੰ ਪਤਾ ਬਿੰਡੀ ਕੀ ਹੁੰਦੀ ਹੈ ਉਹਨੂੰ ਕੋ ਬਿੰਡੀਆਂ ਕਹੇਗਾ ਪਿੰਡੀ ਉਹਨੂੰ ਕੀ ਪਤਾ ਬਿੰਡੀ ਕੀ ਹੁੰਦੀ ਹੈ ਦੱਸੋ ਪਿਛਲੀ ਵਾਰ ਆਇਆ ਸੀ ਜੋ ਮਾਰਨ ਲੱਗਿਆ ਗੱਪਾਂ ਉਹ ਲੋਕੀ ਕਹਿੰਦੇ ਕੇਜਰੀਵਾਲ ਕੇਜਰੀਵਾਲ ਜੋਂ ਲਾਏ ਬੋਰ ਸਾਰਾ ਪੰਜਾਬ ਤੇਰੇ ਨਾਲ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਜਦੋਂ ਇਲੈਕਸ਼ਨ ਹੋ ਗਿਆ ਤੇ ਮੈਂ ਵਿਧਾਨ ਸਭਾ 'ਚ ਖੜਾ ਹੋਇਆ ਉਹ ਮੈਂ ਕਿਹਾ ਕੇਜਰੀਵਾਲ ਕੇਜਰੀਵਾਲ ਆ ਆ ਕੀ ਬਣਿਆ ਤੇਰੇ ਨਾਲ ਠੋਕੋ ਠੋਕੋ ਦਾੜੀ ਠੋਕੋ ਟਕਾ ਕੇ ਝਾੜੂ ਕੁਕੜੀ ਦੇ ਫੰਗਾ ਵਾਂਗੂ ਖਿਲਰ ਗਿਆ ਝੂਠ ਮਾਰਦਾ ਜਦੋਂ ਸਿੱਧੂ ਲੜਦਾ ਸੀ ਰੇਤ ਮਾਫੀ ਨਾਲ ਜਦੋਂ ਸਿੱਧੂ ਲੜਦਾ ਸੀ ਆ ਚਿੱਟਾ ਵੇਚਣ ਵਾਲਿਆਂ ਨਾਲ ਕੇਜਰੀਵਾਲ ਮਾਫੀ ਮੰਗਦਾ ਸੀ ਤਲਵੇ ਚੱਟਦਾ ਸੀ ਬੋਲੋ ਮੰਗੀ ਨਹੀਂ ਮਾਫੀ ਮੰਗੀ ਕਿ ਨਹੀਂ ਮਾਫੀ ਹੈ ਸਭ ਤੋਂ ਪਹਿਲਾਂ ਕਾਲੇ ਕਾਨੂੰਨ ਨੇ ਲਾਗੂ ਕੀਤੇ ਅੱਜ ਵੀ ਨੋਟੀਫਾਈਡ ਨੇ ਕਸ ਇੱਕ ਪੰਜਾਬੀ ਹੋਵੇ ਤੇਰੀ ਕੈਬਿਨੇਟ ਚ ਇੱਕ औरत ਹੋਵੇ ਤੇਰੀ ਕੈਬਿਨੇਟ ਚ ਤੂੰ 8 ਲੱਖ ਨੌਕਰੀ ਕਹਿ ਕੇ 440 440 ਆਰਟੀਆਈ ਆ ਮੇਰੇ ਨਾਲ ਬੈਠ ਤੂੰ ਇੱਥੇ ਕਹਿੰਦਾ ਟੰਕੀਆਂ ਤੇ ਛੜੇ ਟੀਚਰ ਥੱਲੇ ਲਾ ਦੂੰਗਾ ਮੈਂ ਤੇ ਉੱਥੇ 22000 ਟੀਚਰ ਤੇਰੇ ਘਰ ਦੇ ਬਾਹਰ ਬੈਠੇ ਸੀ ਸਿੱਧੂ ਨਾਲ ਬੈਠਿਆ ਬੋਲੋ ਬੈਠਿਆ ਕਿ ਨਹੀਂ ਬੈਠਿਆ ਹਾਂ ਉਹ ਕਹਿੰਦੇ ਦਿਹਾੜੀ ਦੇ ਮਜ਼ਦੂਰ ਬਣਾ ਰੱਖਿਆ 15-15 ਦਿਨਾਂ ਦਾ ਕੰਟਰੈਕਟ ਕਰਦਾ ਹੈ ये झूठा आदमी फ्रॉड आदमी भोली सूरत दिल के खोटे नाम बड़े और दर्शन छोटे ऊंची दुकान है और फीका पकवान है ए सो बात खत्म खटे